ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਲੱਖ ਲੱਖ ਕਰੋੜ ਕਰੋੜ ਧੰਨਵਾਦ ਕਰਦੇ ਹਾਂ। ਅੱਜ ਦੀ ਇਸ ਬਹੁਤ ਵੱਡੀ ਮੁਹਿੰਮ ਨੂੰ ਹੁਲਾਰਾ ਦੇਣ ਵਾਸਤੇ ਜਿੱਥੇ ਬਹੁਤ ਵੱਡੀ ਪੱਧਰ ਤੇ ਦਿੱਲੀ ਦੀ ਸੰਗਤ ਇਸ ਪਵਿੱਤਰ ਸਥਾਨ ਬੰਗਲਾ ਸਾਹਿਬ ਤੇ ਪਹੁੰਚੀ ਆ, ਉੱਥੇ ਹੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਸ ਮੁਹਿੰਮ ਨੂੰ ਪ੍ਰਬਲ ਕਰਨ ਵਾਸਤੇ, ਬਲ ਦੇਣ ਵਾਸਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸਾਰੀਆਂ ਸਿੰਘ ਸਭਾਵਾਂ ਨੇ, ਦਿੱਲੀ ਦੀਆਂ ਲਗਭਗ ਸਾਰੀਆਂ ਹੀ ਸਿੰਘ ਸਭਾਵਾਂ ਨੇ ਇਸ ਦੇ ਅੰਦਰ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉੱਥੇ ਹੀ ਦੂਸਰੇ ਧਰਮਾਂ ਤੋਂ ਵੀ ਆ ਕੇ ਜਿਨ੍ਹਾਂ ਆਪਣਾ ਅਕੀਦਾ ਆਪਣੀ ਇਸ ਮੁਹਿੰਮ ਅੰਦਰ ਆਪਣੇ ਆਪ ਨੂੰ ਸ਼ਾਮਿਲ ਕੀਤਾ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਗੁਰੂ ਨਾਨਕ ਨਾਮ ਲੇਵਾ ਹਰ ਉਹ ਸਿੱਖ ਇਹਨਾਂ ਸਾਰਿਆਂ ਦਾ ਦਿਲ ਦੀਆਂ ਗਹਾਈਆਂ 'ਚੋਂ ਧੰਨਵਾਦ ਕਰਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਸੁਣਿਆ ਸੀ, ਅੱਜ ਮੈਂ ਇਸ ਗੱਲ ਦੀ ਇਹ ਕਹਿ ਸਕਦਾ ਹੈ ਕਿ ਮੇਰੀ ਆਪਣੇ ਜੀਵਨ ਕਾਲ ਅੰਦਰ ਮੈਂ ਕੋਈ ਐਸੀ ਮੁਹਿੰਮ ਨਹੀਂ ਚੱਲਦੀ ਦੇਖੀ ਜਿਸ ਦੇ ਅੰਦਰ ਹਰ ਫਿਰਕੇ ਦੇ ਲੋਕ ਦੇ ਆਪਣੇ ਨਾਲ ਚੱਲਣ ਵਾਲੇ, ਸਾਡੇ ਵਿਰੋਧ ਚੱਲਣ ਵਾਲੇ, ਜਿਨ੍ਹਾਂ ਲੋਕਾਂ ਨੇ ਸਾਡੇ ਖਿਲਾਫ਼ ਇਲੈਕਸ਼ਨਾਂ ਵੀ ਲੜੀਆਂ ਸੀ, ਜਿਨ੍ਹਾਂ ਲੋਕਾਂ ਨੇ ਦੇਸ਼ ਵਿਦੇਸ਼ਾਂ ਅੰਦਰ ਕਿੰਨਿਆਂ ਮੁੱਦਿਆਂ ਨੂੰ ਲੈ ਕੇ ਸਾਡੇ ਮੁਖਾਲਫਤਾਂ ਵੀ ਕੀਤੀਆਂ ਸੀ, ਅੱਜ ਉਹ ਸਾਰੇ ਇਕਜੁੱਟ ਹੋ ਕੇ ਇੱਥੋਂ ਤੱਕ ਪਾਕਿਸਤਾਨ ਪ੍ਰਬੰਧਕ ਕਮੇਟੀ ਨੇ ਵੀ ਜੋ ਵੱਡਾ ਇਸ ਮੁਹਿੰਮ ਨੂੰ ਹਰਾਰਾ ਦਿੱਤਾ ਹੈ, ਮੇਰੇ ਜੀਵਨ ਕਾਲ ਅੰਦਰ ਮੈਂ ਕੋਈ ਐਸੀ ਮੁਹਿੰਮ ਚੱਲਦੀ ਨਹੀਂ ਦੇਖੀ ਜਿਹਦੇ ਅੰਦਰ ਸਰਵਸੰਮਤੀ ਦੇ ਨਾਲ ਹਰੇਕ ਨੇ ਹੀ ਆਪਣਾ ਯੋਗਦਾਨ ਪਾਉਣ ਦਾ ਵਿਸ਼ਵਾਸ ਦਿੱਤਾ ਹੋਵੇ। ਜਿੱਥੇ ਮੈਂ ਇਸ ਸਾਰੀ ਮੁਹਿੰਮ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦਾ ਧੰਨਵਾਦ ਕਰਦਾ, ਦਿੱਲੀ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦਾ, ਉੱਥੇ ਵੀ ਸਾਡੇ ਵਿੱਚ ਆਏ ਹੋਏ ਵਿਸ਼ੇਸ਼ ਤੌਰ ਤੇ ਮਹਿਮਾਨ, ਚਾਹੇ ਸਾਡੇ ਮੁਸਲਿਮ ਧਰਮ ਦੇ ਆਗੂ ਹੋਣ, ਚਾਹੇ ਜੈਨ ਧਰਮ ਤੋਂ ਆਗੂ ਹੋਣ, ਹਰ ਧਰਮਾਂ ਤੋਂ ਜੁੜੇ ਹੋਏ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਣੇ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਆਪਣਾ ਅਕੀਦਾ, ਆਪਣਾ ਵਿਸ਼ਵਾਸ ਪੇਸ਼ ਕੀਤਾ ਹੈ, ਮੈਂ ਸਮਝਦਾ ਹੁਣ ਤੱਕ ਦਾ ਇਹ ਜੋ ਮੈਂ ਨਜ਼ਾਰਾ ਦੇਖ ਰਿਹਾ ਹੈ ਸ਼ਾਇਦ ਮੈਂ ਆਪਣੇ ਜੀਵਨ ਕਾਲ 'ਚ ਐਸਾ ਨਜ਼ਾਰਾ ਨਹੀਂ ਦੇਖਿਆ। ਜਿੱਥੇ ਮੈਂ ਧੰਨਵਾਦ ਕਰਦਾ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਦਾ, ਪ੍ਰਧਾਨ ਸਾਹਿਬ ਦਾ, ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ। ਅੱਜ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਆਪਾਂ ਇੱਕ ਪਰੰਪਰਾ ਨੂੰ ਭੁੱਲ ਜਾਂਦੇ ਹਾਂ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜਾ ਵੱਡਾ ਉਪਦੇਸ਼ ਦਿੱਤਾ ਹੈ ਮਾਨਵਤਾ ਨੂੰ ਨਾਲ ਲੈ ਕੇ ਚੱਲਣ ਦਾ, ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ, ਕਿਤੇ ਨਾ ਕਿਤੇ ਮਾਫ਼ ਕਰਿਓ ਅਸੀਂ ਉਸ ਨੂੰ ਭੁੱਲਦੇ ਜਾ ਰਹੇ ਹਾਂ। ਅੱਜ ਬਹੁਤ ਸਾਰੇ ਗਿਆਨੀ ਵਿਦਵਾਨ ਚਾਹੇ ਸਿੱਖ ਧਰਮ ਦੇ ਨਾਲ ਹੀ ਕਿਉਂ ਨਾ ਜੁੜੇ ਹੋਣ, ਦੂਸਰੇ ਧਰਮਾਂ ਤੇ ਕਟਾਕਸ਼ ਕੱਟ ਕੇ ਕਰਕੇ ਆਪਣੀ ਵਾਹਵਾ ਕੱਟਣਾ ਚਾਹੁੰਦੇ ਆ। ਤੁਸੀਂ ਅੱਜ ਦੇਖੋ ਇਸ ਪਵਿੱਤਰ ਸਥਾਨ ਤੇ ਜਿਸ ਤਰੀਕੇ ਦੂਸਰੇ ਧਰਮਾਂ ਦੇ ਸਤਿਕਾਰਿਤ ਹਸਤੀਆਂ ਲਿਆ ਕੇ ਇਤਨਾ ਵੱਡਾ ਯੋਗਦਾਨ ਪਾਉਣ ਦਾ ਆਪਣਾ ਵਿਸ਼ਵਾਸ ਜਤਾਇਆ, ਇਹ ਸੰਦੇਸ਼ ਆ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ ਕਾਇਨਾਤ ਨੂੰ ਦਿੱਤਾ ਸੀਗਾ। ਗੁਰੂ ਸਾਹਿਬ ਮਹਾਰਾਜ ਕਿਸੇ ਇੱਕ ਧਰਮ 'ਚ, ਉਹ ਕਿਸੇ ਇੱਕ ਧਰਮ ਦੇ ਪੈਰੋਕਾਰ ਨਹੀਂ ਸੀ, ਉਹਨਾਂ ਨੇ ਸਾਰੀ ਮਾਨਵਤਾ ਨੂੰ ਸੰਦੇਸ਼ ਦਿੱਤਾ ਸੀ, ਔਰ ਅੱਜ ਉਸ ਮਾਨਵਤਾ ਨੂੰ ਸੰਦੇਸ਼ ਦੇਣ ਵਾਸਤੇ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਮਹਾਨ ਸਥਾਨ ਉੱਤੇ, ਮਹਾਨ ਚਰਨਸ਼ ਸਥਾਨ ਉੱਤੇ ਇਹ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ। ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਜਿਨ੍ਹਾਂ ਨੇ ਇਸ ਮੁਹਿੰਮ ਅੰਦਰ ਬਹੁਤ ਵੱਡੀ ਆਪਣੀ ਯੋਗਦਾਨ ਵੀ ਪਾਇਆ ਔਰ ਇੱਕ ਪਹਿਲ ਵੀ ਕੀਤੀ ਸਭ ਨੂੰ ਨਾਲ ਲੈ ਕੇ ਚੱਲਣ ਦਾ, ਜਿੱਥੇ ਤੁਹਾਨੂੰ ਸਾਰੀ ਆਉਣ ਵਾਲੇ ਸਮੇਂ ਅੰਦਰ ਵੀ ਇਸ ਮੁਹਿੰਮ ਦੀ ਜਾਣਕਾਰੀ ਦੇਣਗੇ ਕਿ ਇਸ
तरीके आप इस उपराले जो गुरु साहब ने आप अंग संघ सहाई होके अपने सेवादारा तो यह महान सेवा लेनी की सानू पूर्ण विश्वास है गुरु साहब जी के इन्होंने महान चरणों से वो आप अपने सेवकों की पत रखते आए हैं अपने सेवकों की आप पत रखे सानू इस गल का पूर्ण विश्वास है जो नौवे पातशाह के पवित्र स्थान सीसगंज साहब उत्ते प्यो ढाण का काम होया साढ़े उत्ते दिल्ली से गुरुद्वारा मैनेजमेंट कमेटी के प्रबंधकों के उत्ते आत्मा से इतना वड्डा बोझ सीगा यह जापता सी इस तो माड़ा समा शायद साड़ी जिंदगी कभी आवे नौवे पातशाह जी के महान स्थान के उत्ते इस प्यो में ढाण की कोशिश की गई गुरु साहब ने आप अंग संघ सहाई होकर अपने सेवकों की पत रखते हुए देश के अंदर अज तक किसी चोट ने माफ करना मैं किसी धर्म के उत्ते या किसी ने माड़ी गल कह वास्ते नहीं पर किसी भी जज ने चार महीनों के अंदर पूर्ण तौर पर कोई फैसला दिता हो मैं समझता यह अपने आप अंदर एक ही इतिहास थोड़े सामने आऊगा कि सीसगंज प्याऊ का नौवे पातशाह जी के पवित्र स्थान के उत्ते कोर्ट ने भी फैसला चार महीनों किया वरना लंबे सालों तो सौ सौ सालों तो कई धर्मों के लोग कई मुकदमियों लैके कोर्टा च केस भुगते पे ने इतने गुरु साहब की रहमत बख्शिश हुई है मैं कल मैं अपनी गल समाप्त करूँ बस एक गल कहना चाहना है मैं कल श्री अकाल तख्त साहब को मंजी साहब को कथा श्रवण कर रहा प्रधान साहब मैं सारे उत्ते बैठे हुए महानुभाव साढ़े बहुत सरकारी पस्तियों ने गल दसना चाहना जी कल बहुत सुंदर आवाजा कल कही जा रही थी व्याख्या दौरान कथा दौरान यह जी वड्याई है यह गुरु साहब आप देंगे किसी भी वस की गल नहीं हर कोई चाहता है हरेक की मन की यह सब तो वही तांग होंगी जिते यह तांग होंगी मैंने गुरु चरणा जी की महान सेवा मिले वो सेवा भी मालिक आप दिता फिर यह भी तांग होंगी मैंने वड्याई मिले तो भी गुरु साहब जब आप किसी पर प्रसन्न होंगे ने तेरे रहमत बख्शिश होंगी वड्याई भी ऐसी मिलती है खोन वाले उस वड्याई में जी जतना के नाल खोण की कोशिश करते हैं विरोधी हर तरीके का एक संभव तरीके का जो कर सकते हैं उस वड्याई में खोण की कोशिश करते हैं पर यह मेरे मालिक की कृपा रहमत बख्शिश से वड्याई आ जब किसी निमाणे की झोली ऐसी वड्याई पाता है फिर खोण वाले लख यत्न कर पर गुरु जब सहाई हों वड्याई ऐसे निमाणिया की झोली पी मैं गुरु साहब जी के महान पुत्र गुरु चरणा कमला का लख लख करोड़ करोड़ धनवाद करता है गुरु साहब ने कार्य आप किए तो वड्याइया साढ़े दासा की झोली पाई इस तरह गुरु साहब फिर एक कार्य आप सिरे चलाएंगे तो वड्याई अपनी संगत को मिलेगी सारे का इस मुहिम जुड़ने वास्ते बहुत बहुत धनवाद वाहेगुरु जी का खालसा वाहेगुरु जी की फतेह।